कि जोगी ना किवें पै गया। देखो जी गल ये आ गई भी रांझे ने रांझे दा इश्क दा जोग सीगा ते गल हुंदी है भी जोग बहुत तरह दा। मैं अक्सर गल करदा हुंना गा भी एक साजां दा भी जोग है, जिवें एक पिछे जी एक कलाकार ने गीत गाया सीगा गुलाम जुगनी उहनां दा नाम, उन्हें गाया कहिंदा चिंता वर्गी पीड़ नहीं ते वहम जिहा कोई रोग नहीं, जोबन वर्गी रुत्त ना कोई, ग्रहस्त जिहा कोई जोग नहीं। जिहड़ा आपां ग्रहस्त आ इह वी इक जोग है, गुण वर्गी कोई माया है नहीं, हरख तो मारू जहर नहीं, जिस थां बसे दलदार मेरा उस थां वर्गा कोई शहर नहीं। योग बहुत तरह का, एक साज नहीं, यह भी एक योग ही है मेरे मुताबिक जिन्ना क मैनू नॉलेज है, बस मेरे लिए भी योग है। मैनू जे शौक की गल करिए बचपन तो ही है, मैं डब्बे की ढोलकी बना लेंदा सी, अपनी जिहड़ी बैठने वाली फट्टी हुंदी है लकड़ दे, मैं वाजा बना लेंदा सी, मैं गाई जाता हुंदा सी। मेरी माँ ने फिर जदों कितें आनंदपुर साहब जाना, जे कपाल मोचन का मेला लगता, मैनू उदों ढोलकी लिया देनी, मैं लड़ लुड़ के जे लै लेने साज, फिर एक तूंबी लैके आती सी, वह तूंबी तो वह कहने का मतलब छोटी जी ढोलकी ने अज इत तक लिया। तो जे गल करिए 2013-14 के मैं इस पंजाबी कल्चर फील्ड के आ गया सीगा, तो हौली हौली ना होंदा गया। ओ टैरी काट दा कुर्ता पाई फिरदा तेरा यार कुड़े, टैरी काट दा कुर्ता पाई फिरदा तेरा यार कुड़े, दस ब्रांडड कित्थों लै लां। कभी ऐ नहीं हो जट घराने का मुंडा हो पिछे ना जोगी लगे हो कोई अगले कह कह लग पेंदे ने आंढी गुआढ़ी कह देंदे ने कि पहला जब मैं काम स्टार्ट किया कहते तू मरासी वाले काम फड़ ले, तू साइंसिंग वाले काम फड़ ले। मेन गल हुंदी है जी देखो दुनिया का काम हुंदा बोलना, तुसी अपना जो मंजिल जिहड़े एक मेन मोटिव ते लगे हो ना, तुहाडा मुद्दा यह है भी आह काम करना, उहनूं तुसी छड्डो ना। जे मैं उहनां दीआं गल्लां सुण के उत्ते बहि जांदा ਤਾਂ ਜੱਸਾ ਜੋਗੀ ਨਾ ਬਣਦਾ, ਇਕੱਲਾ ਜੱਸਾ ਹੀ ਰਹਿ ਜਾਣਾ ਸੀ। ਇਹ ਸਾਜ ਮੇਰੇ ਪੰਜਾਬ ਦੇ ਵੱਜਣ ਸਮੁੰਦਰੋਂ ਪਾਰ, ਇਹਦੇ ਟਣਕ ਟਣਕ ਦੇ ਬੋਲਾਂ 'ਤੇ ਗੋਰੇ ਨੱਚਣ ਪੱਬਾਂ ਪਾਰ, ਗੋਰੇ ਨੱਚਣ ਪੱਬਾਂ ਪਾਰ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਿੱਠੂ ਨਵਦੀਪ ਸਿੰਘ। ਅੱਜ ਅਸੀਂ ਅਹਿਮਦਗੜ੍ਹ ਮੋਹਾਲੀ ਪਿੰਡ ਜ਼ਿਲ੍ਹਾ ਸੰਗਰੂਰ ਵਿਖੇ ਪਹੁੰਚੇ ਹੋਏ ਹਾਂ, ਅਤੇ ਲੁਧਿਆਣਾ ਲਾਈਵ ਚੈਨਲ ਦੇ ਮਾਧਿਅਮ ਰਾਹੀਂ ਕੁਝ ਨਾ ਕੁਝ ਅਸੀਂ ਨਵਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਇਹੋ ਜਿਹੇ ਫਨਕਾਰ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜੋ ਕਿ ਪੰਜਾਬੀ ਮਾਂ ਬੋਲੀ ਅਤੇ ਪੰਜਾਬ ਦੇ ਲੋਕ ਸਾਜ਼ ਨੂੰ ਬੜੇ ਬਾਖੂਬੀ ਸੰਭਾਲਿਆ ਹੋਇਆ ਆ। ਮੈਂ ਗੱਲ ਕਰਨ ਜਾ ਰਿਹਾ ਸੀ ਜੱਸਾ ਜੋਗੀ, ਜੱਸੇ ਬਾਈ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਜੱਸੇ ਬਾਈ ਲੁਧਿਆਣਾ ਲਾਈਵ ਚੈਨਲ 'ਤੇ ਤੁਹਾਡਾ ਸਵਾਗਤ। ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਲੁਧਿਆਣਾ ਲਾਈਵ ਦਾ, ਜਿਹਨੇ ਵੀ ਤੁਹਾਡੇ ਦਰਸ਼ਕ ਦੇਖਦੇ ਨੇ, ਮੇਰਾ ਤਹਿ ਦਿਲ ਤੋਂ ਜੀ ਆਇਆ ਧੰਨਵਾਦ। ਜੱਸੇ ਬਾਈ ਮੈਂ ਪੁੱਛਣਾ ਚਾਹੁੰਦਾ, ਜੱਟਾਂ ਦਾ ਮੁੰਡਾ ਪਿੱਛੇ ਨਾਲ ਜੋਗੀ ਜਿਵੇਂ ਅਸੀਂ ਆਖਿਆ ਜਾਂਦਾ ਸੀ, ਮੈਨੂੰ ਐਂ ਸੀਗਾ ਕਿ ਜੱਸਾ ਬਾਈ ਜਿਵੇਂ ਰਾਂਝਾ ਜੋਗੀ ਹੋ ਗਿਆ, ਕੰਨ ਪੜਵਾ ਲੈਂਦਾ ਜੱਸਾ ਬਾਈ, ਕੰਨ ਪੜਵਾ ਕੇ ਆਪਣਾ ਨਾਂ ਪਿੱਛੇ ਜੋਗੀ ਰੱਖ ਲੈਂਦਾ, ਹੀਰ ਕਰਕੇ ਸੀਗਾ ਜਾਂ ਕੋਈ ਇਹਦਾ ਹੋਰ ਵੱਡਾ ਕਾਰਨ ਸੀਗਾ ਕਿ ਜੋਗੀ ਨਾਂ ਕਿਵੇਂ ਪੈ ਗਿਆ? ਦੇਖੋ ਜੀ ਗੱਲ ਇਹ ਆ ਗਈ ਵੀ ਰਾਂਝੇ ਨੇ ਰਾਂਝੇ ਦਾ ਇਸ਼ਕ ਦਾ ਜੋਗ ਸੀਗਾ, ਅਤੇ ਗੱਲ ਹੁੰਦੀ ਹੈ ਵੀ ਜੋਗ ਬਹੁਤ ਤਰ੍ਹਾਂ ਦਾ। ਮੈਂ ਅਕਸਰ ਗੱਲ ਕਰਦਾ ਹੁੰਦਾ ਗਾ ਵੀ ਇੱਕ ਸਾਜਾਂ ਦਾ ਵੀ ਜੋਗ ਹੈ, ਜਿਵੇਂ ਇੱਕ ਪਿੱਛੇ ਜੇ ਇੱਕ ਕਲਾਕਾਰ ਨੇ ਗੀਤ ਗਾਇਆ ਸੀਗਾ ਗੁਲਾਮ ਜੁਗਨੀ ਉਹਨਾਂ ਦਾ ਨਾਮ, ਉਹਨੇ ਗਾਇਆ ਕਹਿੰਦਾ ਚਿੰਤਾ ਵਰਗੀ ਪੀੜ ਨਹੀਂ ਅਤੇ ਵਹਿਮ ਜਿਹਾ ਕੋਈ ਰੋਗ ਨਹੀਂ, ਜੋਬਨ ਵਰਗੀ ਰੁੱਤ ਨਾ ਕੋਈ, ਗ੍ਰਹਿਸਤ ਜਿਹਾ ਕੋਈ ਜੋਗ ਨਹੀਂ। ਜਿਹੜਾ ਆਪਾਂ ਗ੍ਰਹਿਸਤ ਆ ਇਹ ਵੀ ਇੱਕ ਜੋਗ ਹੈ, ਗੁਣ ਵਰਗੀ ਕੋਈ ਮਾਇਆ ਹੈ ਨਹੀਂ, ਹਰਖ ਤੋਂ ਮਾਰੂ ਜ਼ਹਿਰ ਨਹੀਂ, ਜਿਸ ਥਾਂ ਬਸੇ ਦਲਦਾਰ ਮੇਰਾ ਉਸ ਥਾਂ ਵਰਗਾ ਕੋਈ ਸ਼ਹਿਰ ਨਹੀਂ। ਵੀ ਗੱਲ ਯੋਗ ਹਰ ਇੱਕ ਤਰ੍ਹਾਂ ਦਾ ਵੀ ਯੋਗ ਹੈ, ਇੱਕ ਘਰ ਰਹਿ ਕੇ ਵੀ ਗ੍ਰਹਿਸਤੀ ਨੂੰ ਵੀ ਜੀਵਨ ਨੂੰ ਵੀ ਯੋਗ ਕਿਹਾ ਜਾਂਦਾ ਗਾ, ਆਪਦੇ ਬੱਚੇ ਪਾਲਣੇ, ਇੱਕ ਘਰ ਤੋਂ ਬਾਹਰ ਰਹਿ ਕੇ ਜੰਗਲਾਂ ਦੇ ਵਿੱਚ ਭਗਤੀ ਕਰਨ ਨੂੰ ਉਹ ਵੀ ਇੱਕ ਯੋਗ ਆ। ਇੱਕ ਮਹਾਤਮਾ ਨੇ ਸਾਦਗੀ ਕਰਨੀ ਹੈ ਜਿਹਨੇ ਆਪਣੇ ਆਪ ਨੂੰ ਸਾਧ ਲਿਆ, ਉਹ ਵੀ ਇੱਕ ਯੋਗ ਹੈ। ਯੋਗ ਬਹੁਤ ਤਰ੍ਹਾਂ ਦਾ, ਇੱਕ ਸਾਜ ਨੇ ਇਹ ਵੀ ਇੱਕ ਯੋਗ ਹੀ ਹੈ ਮੇਰੇ ਮੁਤਾਬਕ ਜਿੰਨਾ ਕੁ ਮੈਨੂੰ ਨੌਲੇਜ ਆ, ਬਸ ਮੇਰੇ ਲਈ ਵੀ ਯੋਗ ਹੈ ਜੀ। ਜੱਸੇ ਬਾਈ ਜਿਵੇਂ ਮੈਂ ਵੇਖ ਰਿਹਾ ਸੀ, ਆ ਸਭ ਤੋਂ ਪਹਿਲਾਂ ਕਮਰਾ ਤੁਹਾਡਾ ਜਿਹੜਾ ਵੇਖਿਆ ਸੀ, ਰੂਹ ਖੁਸ਼ ਹੋ ਗਈ ਯਾਰ, ਮਨ ਖਿੜ ਗਿਆ, ਮਤਲਬ ਪੰਜਾਬ ਦੇ ਜਿਹੜੇ ਲੋਕ ਰੰਗਾਂ ਨੂੰ ਵੇਖ ਕੇ ਮਨ ਖੁਸ਼ ਹੋ ਗਿਆ ਜੀ। ਅਤੇ ਅੱਛਾ ਅਸੀਂ ਗੱਲ ਕਰਦੇ ਹਾਂ, ਜਿਵੇਂ ਤੁਹਾਡਾ ਵਿਆਹ ਹੋਇਆ? ਨਹੀਂ ਮੇਰੇ ਮੈਂ ਅਨਮੈਰਿਡ ਹਾਂ ਜੀ, ਮੇਰਾ ਵਿਆਹ ਨਹੀਂ ਹੋਇਆ। ਠੀਕ ਹੈ,
ਵਿਆਹ ਨਹੀਂ ਹੋਇਆ, ਮੈਨੂੰ ਐਂ ਲੱਗਦਾ ਸੀ ਜੱਸੇ ਬਾਈ ਨੇ ਜਿਵੇਂ ਨਾਂ ਰੱਖ ਲਿਆ ਜੋਗੀ, ਇਹਦਾ ਮੁੱਖ ਕਾਰਨ ਇਹ ਹੋ ਸਕਦਾ, ਪਰ ਇਹ ਨਹੀਂ ਤੁਸੀਂ ਹੈ ਨਾ? ਨਹੀਂ, ਠੀਕ ਆ। ਅਤੇ ਕਿੰਨੇ ਸਾਲ ਤੋਂ ਤੁਸੀਂ ਮਤਲਬ ਸਾਜ਼ਾਂ ਦੇ ਨਾਲ ਜੁੜੇ ਹੋਏ ਨੇ? ਮੈਨੂੰ ਜੇ ਸ਼ੌਂਕ ਦੀ ਗੱਲ ਕਰੀਏ ਤਾਂ ਬਚਪਨ ਤੋਂ ਹੀ ਆ। ਮੈਂ ਡੱਬੇ ਦੀ ਢੋਲਕੀ ਬਣਾ ਲੈਂਦਾ ਸੀਗਾ, ਅਤੇ ਆਪਣੀ ਜਿਹੜੀ ਬੈਠਣ ਲਈ ਫੱਟੀ ਹੁੰਦੀ ਹੈ ਲੱਕੜ ਦੀ, ਉਹਦਾ ਮੈਂ ਵਾਜਾ ਬਣਾ ਲੈਂਦਾ ਸੀ, ਮੈਂ ਗਾਈ ਜਾਂਦਾ ਹੁੰਦਾ ਸੀ। ਮੇਰੀ ਮਾਂ ਨੇ ਫਿਰ ਜਦੋਂ ਕਿਤੇ ਅਨੰਦਪੁਰ ਸਾਹਿਬ ਜਾਣਾ ਜੇ ਕਪਾਲ ਮੋਚਣ ਦਾ ਮੇਲਾ ਲੱਗਦਾ, ਮੈਨੂੰ ਉਹ ਤਾਂ ਢੋਲਕੀ ਲਿਆ ਦੇਣੀ, ਮੈਂ ਲੜ ਲੁੜ ਕੇ ਜੇ ਲੈ ਲੈਣੇ ਸਾਜ਼। ਫਿਰ ਇੱਕ ਤੂੰਬੀ ਲੈ ਕੇ ਜਾਂਦੀ ਸੀ, ਉਹ ਤੂੰਬੀ ਅਤੇ ਉਹ ਕਹਿਣ ਦਾ ਮਤਲਬ ਛੋਟੀ ਜਿਹੀ ਢੋਲਕੀ ਨੇ ਅੱਜ ਇੱਥੇ ਤੱਕ ਲਿਆਂਦਾ। ਅਤੇ ਜੇ ਗੱਲ ਕਰੀਏ 2013-14 ਦੇ ਵਿੱਚ ਮੈਂ ਇਸ ਪੰਜਾਬੀ ਕਲਚਰ ਫੀਲਡ ਦੇ ਵਿੱਚ ਆ ਗਿਆ ਸੀਗਾ, ਅਤੇ ਹੌਲੀ ਹੌਲੀ ਨਾਂ ਆਉਂਦਾ ਗਿਆ, ਜਿੰਨਾ ਕੁ ਜਿੰਨੇ ਕੁ ਜੋਗੇ ਹੈਗੇ ਆ ਇਹ ਲੋਕ, ਇਹਨਾਂ ਦਾ ਪਿਆਰ ਆ ਇਹ ਲੋਕਾਂ ਦਾ। ਅੱਛਾ ਜੱਸੇ ਬਾਈ, ਬਹੁਤ ਘੱਟ ਉਮਰ ਦੇ ਵਿੱਚ ਤੁਸੀਂ ਇੱਕ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਨੇ ਵੈਸਟਰਨ ਕਲਚਰ ਨੂੰ ਪ੍ਰਮੋਟ ਕਰਦੇ, ਤੁਸੀਂ ਪੰਜਾਬੀ ਸੱਭਿਆਚਾਰ ਨੂੰ ਬੜਾ ਬਾਖੂਬੀ ਨਿਭਾਉਂਦੇ ਪਏ ਹੋ, ਅਤੇ ਸਾਦਾ ਪਹਿਰਾਵਾ ਪਾਉਂਦੇ ਹੋ, ਮਤਲਬ ਹੈ ਨਾ ਇੱਕ ਸਾਦਿਕ ਜੀਵਨ, ਫਕਰ ਜਿਹਾ ਸੁਭਾਅ ਜੱਸੇ ਬਾਈ ਦਾ, ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਹਰ ਬੰਦੇ ਦਾ ਨਾ ਆਪਣਾ ਆਪਣਾ ਹੁੰਦਾ ਗਾ। ਸਾਡੇ ਜੇ ਸਿੰਗਰਾਂ ਦੀ ਗੱਲ ਕਰੀਏ, ਉਹ ਸਾਡੇ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇਗੇ, ਸੋ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨਾ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਵੀ ਉਹ ਵੈਸਟਰਨ ਗਾਉਣ, ਵੈਸਟਰਨ ਦੇ ਨਾਲ ਨਾਲ ਇੱਧਰ ਵੀ ਧਿਆਨ ਦੇਣ, ਠੀਕ ਨਹੀਂ ਗੱਲ? ਹੁਣ ਕਈ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਜਿਹੜੇ ਅੱਜ ਕੱਲ੍ਹ ਮਿਊਜ਼ਿਕ ਡਾਇਰੈਕਟਰ ਨੇਗੇ, ਮੈਂ ਕਹਿੰਦਾ ਵੀ 90% ਆ ਕਿਸੇ ਨੂੰ ਨਾਮ ਨਹੀਂ ਪਤਾ ਹੋਣਾ ਸਾਜ਼ਾਂ ਦੇ, ਉਹ ਵਰਤੋਂ ਨਹੀਂ ਕਰਦੇ ਹੈਗੇ। ਇਲੈਕਟ੍ਰੋਨਿਕ ਮਿਊਜ਼ਿਕ ਆ ਗਿਆ, ਉੱਦਾਂ ਦੇ ਅਲੱਗ ਅਲੱਗ ਸਿਸਟਮ ਹੋ ਗਿਆ ਨਾ ਦੁਨੀਆ ਦਾ, ਬਸ ਸਾਹ ਵੀ ਚੇਂਜ ਹੋਇਆ ਵਾ। ਇਲੈਕਟ੍ਰੋਨਿਕ ਅੱਜ ਕੱਲ੍ਹ ਹੋ ਗਿਆ, ਮਾਹੌਲ ਹੋ ਗਿਆ, ਮਤਲਬ ਮਸ਼ੀਨੀ ਯੁੱਗ ਆ ਚੁੱਕਿਆ ਆ, ਹਰੇਕ ਬੰਦਾ ਲਾਈਵ ਨਹੀਂ ਕਰਨਾ ਚਾਹੁੰਦਾ, ਕਿ ਥੋੜ੍ਹੇ ਜਿਹੇ ਭੱਜਦੇ ਨੇ ਜਿਵੇਂ ਸ਼ੋਰਟਕੱਟ ਮਾਰਦੇ ਨੇ ਅੱਜ ਕੱਲ੍ਹ ਬਾਹਲਾ। ਤੁਸੀਂ ਸਾਰੇ ਮਤਲਬ ਸਾਜ਼ ਵਜਾਉਂਦੇ ਹੋ, ਮਤਲਬ ਤੁਹਾਡੇ ਕੋਲ ਕਾਫੀ ਸਾਜ਼ ਨੇ, ਮੈਨੂੰ ਹਾਲੇ ਇਹਦੇ ਬਾਰੇ ਨਹੀਂ ਪਤਾ, ਪਰ ਫਿਰ ਵੀ ਵੱਧ ਤੋਂ ਵੱਧ ਜਿਹੜੇ ਸਾਜ਼, ਤੁੰਬੀ ਹੋ ਗਿਆ, ਢੱਡ ਸਰੰਗੀ ਹੋ ਗਈ, ਅਡਾਰੀ ਹੋ ਗਈ, ਹੈ ਨਾ, ਇਹ ਸਾਰੇ ਮਤਲਬ ਤੁਹਾਡੇ ਕੋਲ ਸਾਜ਼ ਪਏ ਨੇ, ਥੋੜ੍ਹਾ ਜਿਹਾ ਇੱਕ ਸਰੋਤਿਆਂ ਨੂੰ ਮਾੜਾ ਰੰਗ ਬੰਨ੍ਹ ਦਿਓ, ਇੱਕ ਅਲਗੋਜੇ ਵਜਾ ਕੇ ਦਿਖਾ ਦਿਓ। ਸੋਹਣਾ ਬਾਈ, ਰੂਹ ਖੁਸ਼ ਹੋ ਜਾਂਦੀ ਆ। ਅੱਜ ਕੱਲ੍ਹ ਵਿਸਰਦਾ ਜਾ ਰਿਹਾ ਇਹ ਥੋੜ੍ਹਾ ਜਿਹਾ ਕੰਮ, ਵੈਸਟਰਨ ਕਲਚਰ ਜ਼ਿਆਦਾ ਵੱਧਦਾ ਜਾ ਰਿਹਾ। ਅਤੇ ਜੱਸੇ ਬਾਈ ਨੇ ਕਾਫੀ ਇੱਕ ਨਾਮ ਬਣਾ ਲਈ, ਹੈ ਨਾ, ਆਪਣਾ ਨਾਮ ਬਣਾ ਲਿਆ ਜੱਸੇ ਬਾਈ ਨੇ। ਅਤੇ ਜਿਹੜੇ ਆਹ ਪਿਆ ਸਾਜ਼, ਇਹਦੇ ਬਾਰੇ ਥੋੜ੍ਹਾ ਜਿਹਾ? ਇਹ ਸਾਜ਼ ਅਸਲ ਮੈਂ ਆਪਣੇ ਪੰਜਾਬ ਦਾ ਨਹੀਂ ਹੈਗਾ, ਇਹ ਰਾਜਸਥਾਨ ਦਾ ਜਾਂ ਆਸਾਮ ਦੇ ਵਿੱਚ ਇਹਦੀ ਕਾਫੀ ਵਰਤੋਂ ਹੁੰਦੀ ਆ, ਅਤੇ ਉਹਨਾਂ ਦਾ ਕਲਚਰ ਆ। ਅਤੇ ਆਪਣੇ ਜਿੱਦਾਂ ਕਲਚਰ ਦੇ ਵਿੱਚ ਅਲਗੋਜੇ ਆ ਜਾਂਦੇ ਨੇ, ਅਤੇ ਬੁਗਚੂ, ਇਹ ਵੀ ਰਾਜਸਥਾਨ ਦਾ ਸਾਜ਼ ਹੈ, ਇਹ ਢੱਡ ਸਾਡਾ ਗਾ, ਅਤੇ ਬਾਬੇ ਜਮਲੇ ਦੀ ਕਾੜਾ ਤੂੰਬੀ, ਹੈ ਨਾ, ਉੱਥੋਂ ਤੂੰਬਾ ਬਣ ਕੇ, ਇਹ ਆਸਾਮ ਦਾ ਮੋਰ ਚੰਗ ਕਹਿੰਦੇ ਨੇ ਇਹਨੂੰ ਜੀ। ਜੀ ਵਾਹ ਜੀ ਵਾਹ, ਆਨੰਦ ਆ ਗਿਆ ਯਾਰ। ਅੱਛਾ, ਇਹ ਕਦੋਂ ਵਜਾਇਆ ਜਾਂਦਾ ਫਿਰ ਸਾਜ਼? ਇਹ ਅਸਲ ਮੈਂ ਤਾਂ ਚਲੋ ਇੱਥੇ ਮੈਨੂੰ ਸ਼ੌਂਕ ਆ ਸਾਜ਼ਾਂ ਦਾ ਇਕੱਠੇ ਕਰਨ ਦਾ, ਜਿੱਥੇ ਦਾ ਮਰਜ਼ੀ ਹੋਵੇ ਮੈਨੂੰ, ਮੇਰੀ ਆਦਤ ਆ, ਮੈਂ ਲਿਆਉਂਦਾ ਹੁੰਦਾ। ਅਤੇ ਕਾਫੀ ਰੱਖੇ ਹੋਏ ਨੇ ਸਾਜ਼, ਮਤਲਬ ਬਾਹਰੋਂ ਵੀ ਲਿਆਉਂਦੇ ਹੋ? ਜੀ, ਮੈਂ ਬਾਹਰੋਂ ਵੀ ਮੰਗਵਾ ਲੈਂਦਾ ਹੈਗਾ, ਅਦਰ ਸਟੇਟਾਂ ਤੋਂ, ਅਦਰ ਕੰਟਰੀਆਂ ਤੋਂ। ਅਤੇ ਇਹ ਸਾਜ਼ ਉਹਨਾਂ ਦੇ ਜਦੋਂ ਕੋਈ ਉਹਨਾਂ ਦਾ ਡਾਂਸ ਹੁੰਦਾ ਗਾ, ਇਹ ਉਹਦੇ ਵਿੱਚ ਵਰਤੋਂ ਕਰਦੇ ਆ ਮੋਰ ਚੰਗ ਦੀ। ਜੱਸਾ ਬਾਈ, ਕਾਫੀ ਮਤਲਬ ਦੇਸ਼ਾਂ ਵਿਦੇਸ਼ਾਂ ਵਿੱਚ ਗਏ ਹੋਣੇ ਆ, ਉੱਥੇ ਵਧੀਆ ਹੁੰਗਾਰਾ ਵਧੀਆ ਮਿਲਦਾ ਹੋਣਾ ਤੁਹਾਨੂੰ, ਸੱਭਿਆਚਾਰ ਨੂੰ ਪਿਆਰ ਕਰਦੇ? ਜੀ ਜੀ, ਜਦੋਂ ਸਾਡੇ ਫਖਰ ਜਿਹਾ ਮਹਿਸੂਸ ਹੁੰਦਾ, ਬਹੁਤ ਮਾਣ ਮਹਿਸੂਸ ਹੁੰਦਾ ਗਾ ਜਦੋਂ ਅਸੀਂ ਆਪਣਾ ਪਹਿਰਾਵਾ ਕੁੜਤਾ ਚਾਦਰਾ ਪਾ ਕੇ, ਹੈ ਨਾ,
ਅਤੇ ਤੁਰਲੇ ਵਾਲੀ ਪੱਗ ਬੰਨ ਕੇ ਜਾਂਦੇ ਹੈਗੇ ਅਤੇ ਸਾਨੂੰ ਬਹੁਤ ਲੋਕ ਐਪਰੀਸ਼ੀਏਟ ਕਰਦੇ ਆ ਅਦਰ ਸਟੇਟਾਂ ਦੇ ਅਦਰ ਕੰਟਰੀਆਂ ਦੇ ਲੋਕ ਕਨੇਡਾ ਅਮੈਰੀਕਾ ਜਿੱਦਾਂ ਵੀ ਹੁੰਦੇ ਨੇ ਗੋਰੇ ਹੈ ਨਾ ਕੋਈ ਸਾਡਾ ਪਹਿਰਾਵਾ ਅਲੱਗ ਹੈਗਾ ਇੱਕ ਸਾਨੂੰ ਬਹੁਤ ਸੋਹਣਾ ਪਹਿਰਾਵਾ ਦਿੱਤਾ ਹੈਗਾ ਸਾਨੂੰ ਸੋਹਣਾ ਸਰੂਪ ਦਿੱਤਾ ਮਾਲਕ ਨੇ ਬੜਾ ਮਾਣ ਹੁੰਦਾ। ਅੱਛਾ ਅੱਜ ਕੱਲ੍ਹ ਜਿਵੇਂ ਮੈਂ ਵੇਖਦਾ ਹੁੰਦਾ ਮਦਰਾਸ ਹੋ ਗਿਆ ਤਾਮਿਲਨਾਡੂ ਹੋ ਗਿਆ ਆਂਧਰਾ ਪ੍ਰਦੇਸ਼ ਹੋ ਗਿਆ ਕਾਫ਼ੀ ਸਾਡੇ ਤੋਂ ਅੱਗੇ ਜਾ ਰਹੇ ਨੇ ਸਟੱਡੀ ਵਿੱਚ ਵੀ ਅੱਗੇ ਜਾ ਰਹੇ ਨੇ ਪਰ ਆਪਣਾ ਪਹਿਰਾਵਾ ਨਹੀਂ ਭੁੱਲਦੇ ਆਪਣੇ ਪਹਿਰਾਵਾ ਭੁੱਲਦੇ ਜਿਵੇਂ ਤੁਸੀਂ ਕੁੜਤਾ ਚਾਦਰਾ ਪਾਇਆ ਹੋਇਆ ਅੱਜ ਕੱਲ੍ਹ ਲੋਕ ਹੁਣ ਜੀਨ ਦੀਆਂ ਪੈਂਟਾਂ ਮੈਂ ਵੀ ਪਾਈ ਹੋਈ ਆ ਅਤੇ ਸਾਰੇ ਪਾਉਂਦੇ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਉਹ ਕਦੀ ਨਾ ਦਿਨ ਸ਼ਾਮ ਨੂੰ ਜਾਂ ਸੁਬਹਾ ਸ਼ਾਮ ਸਾਨੂੰ ਇਹ ਜਿਹੜਾ ਪਹਿਰਾਵਾ ਪਾਉਣਾ ਚਾਹੀਦਾ ਉਹ ਪਾਉਂਦੇ ਨੇ ਰਾਤ ਨੂੰ ਸੌਣ ਲੱਗੇ ਉਹ ਪਾਉਂਦੇ ਨੇ ਸਵੇਰੇ ਵੀ ਪਾਉਂਦੇ ਸੈਰ ਕਰਨ ਵੇਲੇ ਵੀ ਪਾਉਂਦੇ ਨੇ ਕੰਮ 'ਤੇ ਜਾਣਾ ਹੋਵੇ ਉਹ ਲੋਕ ਨਾ ਆਪਣੇ ਕਲਚਰ ਨੂੰ ਨਹੀਂ ਛੱਡਦੇ ਹੈਗੇ ਉਹ ਆਪਣਾ ਕਲਚਰ ਆਪਣੇ ਨਾਲ ਰੱਖਦੇ ਨੇ ਜਿੱਥੇ ਵੀ ਜਾਂਦੇ ਨੇ ਜੇ ਮੈਂ ਪਿੱਛੇ ਜੇ ਮੇਰੇ ਦੁਬਈ ਟੂਰ ਜ਼ਿਆਦਾ ਹੁੰਦੇ ਹੈਗੇ ਦੁਬਈ ਦੇ ਲੋਕ ਮੈਨੂੰ ਪਸੰਦ ਕਰਦੇ ਉੱਥੇ ਮੈਨੂੰ ਬੁਲਾ ਲੈਂਦੇ ਨੇ ਅਤੇ ਉੱਥੇ ਤਾਂ ਜੇ ਆਪਾਂ ਏਅਰਪੋਰਟ ਦੀ ਗੱਲ ਕਰੀਏ ਤਾਂ ਉਹ ਆਪਣੇ ਉਹ ਜੋ ਅਰਬੀ ਨੇ ਉਹ ਆਪਣਾ ਪਹਿਰਾਵਾ ਵਾਈਟ ਜੋ ਪਾਉਂਦੇ ਨੇਗੇ ਉਹੀ ਉਹਨਾਂ ਦੀ ਏਅਰਪੋਰਟ 'ਤੇ ਚੱਲਦਾ ਗਾ ਜਿੱਥੇ ਉਹਨਾਂ ਦੀ ਜੋਬ ਹੁੰਦੀ ਹੈ ਉਹੀ ਪਹਿਰਾਵਾ ਹੁੰਦਾ ਗਾ ਸਾਡਾ ਪਹਿਰਾਵਾ ਲੋਕ ਸਾਡੇ ਵਾਲੇ ਲੋਕ ਸ਼ਰਮ ਮੰਨਦੇ ਆ ਮਹਿਸੂਸ ਕਰਦੇ ਵੀ ਯਾਰ ਇਹ ਕੀ ਆ ਆਊਟ ਲੱਗਦਾ ਗਾ ਕਦੇ ਨਾ ਕਦੇ ਵਿੱਚ ਹਾਂ ਜੀਨ ਪੈਂਟਾਂ ਮੈਂ ਵੀ ਪਾਉਣਾ ਗਾ ਜੀਨਾਂ ਮੈਂ ਫੋਰਮਲ ਵੀ ਪਾਉਣਾ ਮੈਂ ਸਾਰੇ ਕੱਪੜੇ ਪਾਉਣਾ ਗਾ ਪਰ ਮੈਂ 90% ਕੁੜਤਾ ਚਾਦਰਾ ਹੀ ਪਾਉਣਾ ਗਾ ਕੋਈ ਸਾਡੇ ਮੇਰੇ ਦਾਦਾ ਜੀ 8 ਭਰਾ ਨੇ ਮੇਰੇ ਡੈਡੀ ਹੁਣੀ 8 ਭਰਾ ਨੇ ਮੇਰੇ ਦਾਦਾ ਜੀ ਪਾਉਂਦੇ ਸੀਗੇ ਕੁੜਤਾ ਚਾਦਰਾ ਅਤੇ ਮੇਰੇ ਉਦੋਂ ਬਾਅਦ ਸਾਡੇ ਵਿਰਾਸਤ ਦੇ ਵਿੱਚ ਹੀ ਆ ਸਾਰਾ ਇਹ ਸੋ ਮੇਨ ਗੱਲ ਹੁੰਦੀ ਹੈ ਤੁਹਾਡੇ ਡੀ ਐੱਨ ਏ ਦੀ ਸਾਡੇ ਹੁਣ ਬਲੱਡ ਦੇ ਵਿੱਚ ਹੀ ਆ ਜੋ ਅਤੇ ਅਸੀਂ ਛੱਡਿਆ ਪਰਿਵਾਰ ਦੇ ਵਿੱਚ ਗਾਉਂਦਾ ਸੀ ਇੱਦਾਂ ਕੋਈ ਪਹਿਲਾਂ ਸਾਜਾਂ ਦੇ ਨਾਲ ਨਹੀਂ ਮੇਰੇ ਦਾਦਾ ਜੀ ਐਜੇ ਖੇਤੀਬਾੜੀ ਕਰਦੇ ਸੀਗੇ ਅਤੇ ਮੇਰੇ ਡੈਡੀ ਹੁਣੇ 8 ਭਰਾ ਨੇ ਮੈਂ ਤੁਹਾਨੂੰ ਦੱਸਿਆ ਉਹ ਵੀ ਅਜੇ ਖੇਤੀਬਾੜੀ ਕਰਦੇ ਸੀ ਮੇਰੇ ਪਰਿਵਾਰ ਦੇ ਵਿੱਚੋਂ ਕੋਈ ਵੀ ਨਹੀਂ ਸੀ ਮੈਂ ਇਕੱਲਾ ਹੀ ਹਾਂ। ਅੱਛਾ ਕਦੀ ਐਂ ਨਹੀਂ ਹੋਇਆ ਕਿ ਜੱਟ ਘਰਾਣੇ ਦਾ ਮੁੰਡਾ ਹੋਵੇ ਪਿੱਛੇ ਨਾ ਜੋਗੀ ਲੱਗਿਆ ਹੋਵੇ ਕੋਈ ਅਗਲੇ ਕਹਿਣ ਲੱਗ ਪੈਂਦੇ ਨੇ ਆਂਢੀ ਗੁਆਂਢੀ ਕਹਿ ਦਿੰਦੇ ਨੇ ਕਿ ਪਹਿਲਾਂ ਜਦੋਂ ਮੈਂ ਕੰਮ ਸਟਾਰਟ ਕੀਤਾ ਕਹਿੰਦੇ ਤੂੰ ਮਰਾਸੀਆਂ ਵਾਲੇ ਕੰਮ ਫੜ ਲਏ ਤੂੰ ਸਾਇੰਸਿੰਗ ਵਾਲੇ ਕੰਮ ਫੜ ਲਏ ਮੇਨ ਗੱਲ ਹੁੰਦੀ ਹੈ ਜੀ ਦੇਖੋ ਦੁਨੀਆ ਦਾ ਕੰਮ ਹੁੰਦਾ ਬੋਲਣਾ ਤੁਸੀਂ ਆਪਣਾ ਜੋ ਮੰਜ਼ਿਲ ਜਿਹੜੇ ਇੱਕ ਮੇਨ ਮੋਟਿਵ 'ਤੇ ਲੱਗੇ ਹੋ ਨਾ ਤੁਹਾਡਾ ਮੁੱਦਾ ਇਹ ਆ ਵੀ ਆਹ ਕੰਮ ਕਰਨਾ ਗਾ ਉਹਨੂੰ ਤੁਸੀਂ ਛੱਡੋ ਨਾ ਜੇ ਮੈਂ ਉਹਨਾਂ ਦੀਆਂ ਗੱਲਾਂ ਸੁਣ ਕੇ ਉੱਥੇ ਹੀ ਬਹਿ ਜਾਂਦਾ ਤਾਂ ਜੱਸਾ ਜੋਗੀ ਨਾ ਬਣਦਾ ਇਕੱਲਾ ਜੱਸਾ ਹੀ ਰਹਿ ਜਾਣਾ ਸੀਗਾ ਚਾਰ ਲੋਕਾਂ 'ਚ ਮੇਰੀ ਪਹਿਚਾਣ ਨਾ ਹੁੰਦੀ ਹੈ ਨਾ ਸੋ ਮੈਂ ਲੱਗਿਆ ਰਿਹਾ ਅਤੇ ਬਟ ਲੋਕਾਂ ਦਾ ਕੰਮ ਹੁੰਦਾ ਬੋਲਣਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਬੋਲੀ ਜਾਣ ਦਿਉ ਤੁਸੀਂ ਕੰਨ ਬੰਦ ਕਰੋ ਆਪਣਾ ਚੱਲੀ ਚਲੋ ਆਹ ਦੇਖੋ ਅੱਜ ਆਹ ਕੁਛ ਆਪਣੇ ਕੋਲ ਆ ਠੀਕ ਨਹੀਂ ਗੱਲ ਜੇ ਲੋਕਾਂ ਦੀਆਂ ਗੱਲਾਂ 'ਚ ਹੁੰਦਾ ਤਾਂ ਮੈਂ ਵੀ ਉੱਥੇ ਬਹਿ ਜਾਣਾ ਸੀ। ਜੱਸੇ ਬਾਈ ਦੀ ਅੱਜ ਕਾਫ਼ੀ ਵੱਡੀ ਪਛਾਣ ਬਣ ਚੁੱਕੀ ਹੈ ਨਾ ਅਤੇ ਜਿਹੜੇ ਹੋਰ ਤੁਸੀਂ ਸਾਜ ਮਤਲਬ ਇਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਸਰੋਤਿਆਂ ਨੂੰ ਕਿਹੜੇ ਕਿਹੜੇ ਸਾਜ ਨੇ। ਇਹ ਬੁਗਚੂ ਆ ਜੀ ਇਹ ਆਪਣੇ ਰਾਜਸਥਾਨ ਦਾ ਸਾਜ ਆ ਅਤੇ ਅੱਜ ਕੱਲ੍ਹ ਆਪਣੇ ਇਹ ਡਮਰੂ ਤੋਂ ਬਣਾਇਆ ਗਿਆ ਅਤੇ ਆਪਣੇ ਅੱਜ ਪੰਜਾਬ ਦੇ ਵਿੱਚ ਜਿਵੇਂ ਮੈਰੀ ਫੰਕਸ਼ਨ ਕਰਦੇ ਆ ਕਲਚਰ ਮਲਵਈ ਕਿੱਦਾਂ ਅਤੇ ਹੋਰ ਕਾਫ਼ੀ ਪ੍ਰੋਗਰਾਮਾਂ ਦੇ ਵਿੱਚ ਇਹਦੀ ਵਰਤੋਂ ਹੁੰਦੀ ਆ ਇਹ ਬੁਗਚੂ ਆ। ਮੇਰਾ ਪਿੱਛੇ ਜਿਹਾ ਇੱਕ ਗੀਤ ਆਇਆ ਸੀਗਾ ਟੈਰੀ ਕਾਰਡ ਦਾ ਕੁੜਤਾ ਪਾਈ ਫਿਰਦਾ ਤੇਰਾ ਯਾਰ ਕੁੜੇ ਬਹੁਤ ਸੋਹਣਾ ਰਿਸਪੋਂਸ ਸੀਗਾ ਸਰੋਤਿਆਂ ਦਾ। ਹਾਂ ਮੈਂ ਸੁਣਾ ਦਿੰਦਾ। ਸਾਲ ਪੁਰਾਣਾ ਕੁੜਤਾ ਚਾਦਰਾ ਦੱਬੀ ਵਾਲਾ ਪਰਨਾ ਨਹੀਂ ਆ ਕਿਸਮਤ ਸਾਡੀ ਮੁੱਢ ਤੋਂ ਵੈਰੀ ਹੀ ਕਿੱਥੋਂ ਲੈ ਲਈਏ ਵਰਨਾ ਨਹੀਂ ਉਹ ਦੱਸ ਬ੍ਰੈਂਡਡ ਕਿੱਥੋਂ ਲੈ ਲਾ ਜੱਟ ਤਾਂ ਬੇਰੁਜ਼ਗਾਰ ਕੁੜੇ ਟੈਰੀ ਕਾਟ ਦਾ ਕੁੜਤਾ ਪਾਈ ਫਿਰਦਾ ਤੇਰਾ ਯਾਰ ਕੁੜੇ ਟੈਰੀ ਕਾਟ ਦਾ ਕੁੜਤਾ ਪਾਈ ਫਿਰਦਾ ਤੇਰਾ ਯਾਰ ਕੁੜੇ ਦੱਸ ਬ੍ਰੈਂਡਡ ਕਿੱਥੋਂ ਲੈ ਲਾ ਅੱਧੀ ਰਾਤ ਤੱਕ ਨੱਕੇ ਮੋੜ ਦਾ ਲੇਖਾਂ ਉੱਤੇ ਹੱਸਦਾ ਨੀ ਫਸਲਾਂ ਦਾ ਮੁੱਲ ਘੱਟ ਹੀ ਮਿਲਦਾ ਕੀ ਖੇਤੀ ਚੋਂ ਬਚਦਾ ਨੀ ਉਹ ਗੋਡਿਆਂ ਕੋਲੋਂ ਤੁਰਨੋਂ ਰਹਿ ਗਿਆ ਗੋਡਿਆਂ ਕੋਲੋਂ ਤੁਰਨੋਂ ਰਹਿ ਗਿਆ ਆ ਸਾਡਾ ਲਾਣੇਦਾਰ ਕੁੜੇ ਟੈਰੀ ਕਾਟ ਦਾ ਟੈਰੀ
काट दा कुर्ता पाई फिरदा तेरा यार कुड़े दस ब्रेंडड़े कितों लहला इदा सी वधिया भाई ਤੁਹਾਡੀ ਇੰਨੀ ਸੁਰੀਲੀ ਆਵਾਜ਼ ਆ ਅਤੇ ਇੰਨੇ ਵਧੀਆ ਸਾਜ਼ ਵਜਾਉਂਦੇ ਹੋ ਨਹੀਂ ਤਾਂ ਅੱਜ ਕੱਲ੍ਹ ਇੰਨੇ ਤੁਸੀਂ ਮਤਲਬ 15-18 ਸਾਜ਼ ਵਜਾ ਲੈਂਦੇ ਹੋ ਨਾ ਅਤੇ ਇੱਥੇ ਅੱਜ ਕੱਲ੍ਹ ਤਾਂ ਇੱਕ ਸਾਜ਼ ਵਜਾਉਣਾ ਬੜਾ ਔਖਾ ਹੋ ਜਾਂਦਾ ਤੁਸੀਂ ਤੁਹਾਨੂੰ ਪਤਾ ਹੀ ਹੈ ਇਲੈਕਟ੍ਰੋਨਿਕ ਜ਼ਮਾਨਾ ਆ ਗਿਆ ਲੋਕ ਮਿੰਟੋ ਮਿੰਟੀ ਚਲਾਈ ਜਾਂਦੇ ਨੇ ਇੱਦਾਂ ਲਾਈਵ ਨਹੀਂ ਕੋਈ ਕਰ ਸਕਦਾ ਇਹ ਸਾਜ਼ ਫਿਰ ਕਿਵੇਂ ਤੁਸੀਂ ਮਤਲਬ ਵਜਾਉਂਦੇ ਹੋ ਕਿਵੇਂ ਸਿੱਖ ਲੈਂਦੇ ਹੋ ਸਾਜ਼ ਅਸਲ ਮੈਂ ਨਾ ਜੀ ਗੱਲ ਕੀ ਹੁੰਦੀ ਹੈਗੀ ਕਹਿੰਦੇ ਹੁੰਦੇ ਵੀ ਗੁਰੂ ਬਿਨਾਂ ਗੱਤ ਨਹੀਂ ਹੈ ਨਾ ਵੀ ਗੁਰੂ ਵੀ ਜ਼ਰੂਰੀ ਆ ਸੋ ਮੇਰਾ ਗੁਰੂ ਸਭ ਤੋਂ ਪਹਿਲਾਂ ਰੱਬ ਆ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਲੈ ਕੇ ਆਉਂਦਾ ਨਾ ਅਤੇ ਗੁਰੂ ਧਾਰਨਾ ਜ਼ਰੂਰੀ ਹੁੰਦੀ ਆ ਮੈਂ ਲਗੋ ਜੇ ਵਜਾਉਂਦਾ ਗਾ ਇੱਕ ਬਾਬਾ ਜੀ ਆ ਸਾਡੇ ਨਾਲ ਦੇ ਪਿੰਡ ਹੀ ਬੜੂੰਦੀ ਪਿੰਡ ਉਸਤਾਦ ਰਾਮ ਧਾਰ ਧੰਨਾ ਜੀ ਮੈਂ ਉਹਨਾਂ ਨੂੰ ਉਸਤਾਦ ਉਤਾਰਿਆ ਉਹ ਮੇਰੇ ਉਸਤਾਦ ਨੇ ਅਤੇ ਬਾਕੀ ਗੱਲ ਇਹ ਹੁੰਦੀ ਹੈਗੀ ਤੁਸੀਂ ਪੰਜਾਬ ਦੇ ਵਿੱਚ ਖੋਜ ਲਓ ਦੇਖ ਲਓ ਰਿਸਰਚ ਕਰ ਲਓ ਹੋਰ ਕਿਤੇ ਵੀ ਬਹੁਤ ਮੇਰੇ ਤੋਂ ਵੀ ਉੱਪਰ ਦੀ ਬੰਦੇ ਬੈਠੇ ਨੇਗੇ ਜਿਹੜੇ ਸਾਜ ਮੈਂ ਜੇ 15 ਵਜਾਉਂਦਾ ਗਾ 18 ਅਤੇ ਉਹ 30 ਤੱਕ ਵੀ ਨੌਲੇਜ ਰੱਖਦੇ 30 ਸਾਜਾਂ ਤੱਕ ਵੀ ਸੋ ਅਸਲ ਮੈਂ ਗੱਲ ਪਤਾ ਕੀ ਹੁੰਦੀ ਆ ਉਹ ਦੁਨੀਆ ਦੇ ਸਾਹਮਣੇ ਨਹੀਂ ਆਏ ਹੈਗੇ ਮਸ਼ਹੂਰ ਨਹੀਂ ਹੋਏ ਤਾਂ ਕਾਰਨ ਮੈਂ ਇਹ ਕਹਿੰਦਾ ਗਾ ਵੀ ਸਭ ਤੋਂ ਪਹਿਲਾਂ ਤੁਹਾਡੇ 'ਤੇ ਭਗਵਾਨ ਦੀ ਕਿਰਪਾ ਹੋਣੀ ਜ਼ਰੂਰੀ ਆ ਮੈਂ ਆਪਾਂ ਇੱਕ ਟੋਕੇ ਕਹਿੰਦਾ ਕਿ ਆਪਣੇ ਤਾਂ ਰੱਬ ਦੀ ਕਿਰਪਾ ਬੜੀ ਹੈਗੀ ਸੋ ਜੇ ਰੱਬ ਦੀ ਕਿਰਪਾ ਨਿਗਾਹ ਸੁਵੱਲੀ ਆ ਉਹਦੀ ਅਤੇ ਫਿਰ ਤਾਂ ਸਾਰਾ ਕੁਛ ਹੀ ਹੈ ਤਾਂ ਪਰ ਉਹ ਮਿੱਟੀ ਨੂੰ ਸੋਨਾ ਬਣਾ ਦਿੰਦਾ ਗਾ ਅਤੇ ਆਪਣੇ 'ਤੇ ਭਗਵਾਨ ਦੀ ਕਿਰਪਾ ਬੜੀ ਆਪਾਂ ਵਿਸ਼ਵਾਸ ਰੱਖਦੇ ਹਾਂ ਉੱਤੇ ਯਕੀਨ ਰੱਖਦੇ ਹਾਂਗੇ ਹੈ ਨਾ ਤੁਹਾਡਾ ਯਕੀਨ ਵਿਸ਼ਵਾਸ ਪੱਕਾ ਹੋਣਾ ਚਾਹੀਦਾ ਮਜ਼ਬੂਤ ਹੋਣਾ ਚਾਹੀਦਾ ਗਾ ਸੋ ਮੈਂ ਕਹਿੰਦਾ ਹੁੰਦਾ ਵੀ ਕਈ ਲੋਕ ਸਾਡੇ ਕੱਟੜਵਾਦ 'ਚ ਪਏ ਹੋਏ ਨੇਗੇ ਨਹੀਂ ਅਸੀਂ ਬਾਬਿਆਂ ਨੂੰ ਨਹੀਂ ਅਸੀਂ ਡੇਰਿਆਂ ਨੂੰ ਨਹੀਂ ਮੰਨਦੇ ਕਿ ਮੈਂ ਇਹ ਨਹੀਂ ਕਹਿੰਦਾ ਮੈਂ ਡੇਰਾ ਪ੍ਰਮੋਟ ਕਰ ਰਿਹਾ ਮੇਰੀ ਸ਼ਰਧਾ ਉੱਥੇ ਬਸ ਬਟ ਇਹ ਆ ਹਾਂ ਮੇਰੀ ਸ਼ਰਧਾ ਇੱਥੇ ਸਾਡੇ ਛਪਾਰ ਹੈਪੀ ਬਾਬਾ ਜੀ ਨੇ ਹੈ ਨਾ ਉਹ ਮੇਰੇ ਭਰਾ ਵੀ ਨੇ ਮੇਰੇ ਗੁਰੂ ਵੀ ਨੇ ਮੇਰਾ ਸਾਰਾ ਕੁਛ ਹੀ ਉਹ ਨੇ ਸੋ ਜਦੋਂ ਤੁਸੀਂ ਫਿਰ ਉਹ ਕਿਸੇ ਦੇ ਲੜ ਲੱਗ ਜਾਂਦੇ ਹੋਗੇ ਗੱਲ ਤਾਂ ਜੇ ਵਿਆਹ ਕਰਵਾਉਣਾ ਹੋਵੇ ਨਾ ਵਿਚੋਲਾ ਜ਼ਰੂਰੀ ਹੁੰਦਾ ਗਾ ਜੇ ਰੱਬ ਨੂੰ ਮਿਲਣਾ ਤਾਂ ਵਿਚੋਲਾ ਜ਼ਰੂਰੀ ਆ ਹਾਂ ਸਿੱਧਾ ਰੱਬ ਨੂੰ ਮਿਲਿਆ ਜਾਊਗਾ ਦੱਸੋ ਮੈਨੂੰ ਹਾਂ ਗੱਲ ਇਹੀ ਹੈਗੀ ਸੋ ਮੇਨ ਗੱਲ ਹੁੰਦੀ ਆ ਤੁਹਾਡੇ ਵਿਸ਼ਵਾਸ ਦੀ ਜਿਹਨੂੰ ਤੁਸੀਂ ਮੰਨਦੇ ਹੋ ਬਸ ਉਹ 'ਤੇ ਵਿਸ਼ਵਾਸ ਪੱਕਾ ਰੱਖੋ ਬਸ ਦੁਨੀਆ ਦਾ ਮੈਂ ਤੂੰ ਕਹੀ ਜਾਂਦਾ ਦੁਨੀਆ ਦਾ ਕੰਮ ਹੁੰਦਾ ਬੋਲਣਾ ਮੇਰੇ ਕਮੈਂਟਾਂ ਦੇ ਵਿੱਚ ਵੀ ਕਹੀ ਜਾਣ ਕਿ ਤੂੰ ਡੇਰਿਆਂ ਨੂੰ ਪ੍ਰਮੋਟ ਕਰ ਰਿਹਾ ਕਰਦੇ ਨਹੀਂ ਇਹ ਨਹੀਂ ਹੁੰਦਾ ਹੈਗਾ ਸਾਰਾ ਕੁਛ ਜ਼ਰੂਰੀ ਹੁੰਦਾ ਹੈਗਾ ਹੈ ਨਾ ਜੀ ਅੱਛਾ ਜਿਵੇਂ ਮੈਂ ਵੇਖਦਾ ਹੁੰਦਾ ਜਿਹੜੇ ਅੱਜ ਕੱਲ੍ਹ ਦੇ ਸਿੰਗਰ ਨੇ ਗਾਣੇ ਤੁਹਾਨੂੰ ਪਤਾ ਕੁੜੀਆਂ ਨੂੰ ਰੰਨ ਕਹੀ ਜਾਂਦੇ ਨੇ ਹੋਰ ਅਲੱਗ ਅਲੱਗ ਤਰ੍ਹਾਂ ਦੀ ਭਾਸ਼ਾ ਬੋਲਦੇ ਨੇ ਤੁਸੀਂ ਪੰਜਾਬ ਦੇ ਲੋਕ ਸਾਜ਼ਾਂ ਨੂੰ ਆਪਣੇ ਨਾਲ ਬੰਦੇ ਰੱਖਿਆ ਹੋਇਆ ਵਧੀਆ ਪੰਜਾਬੀ ਸੱਭਿਆਚਾਰ ਨੂੰ ਪ੍ਰਮੋਟ ਕਰਦੇ ਆ ਇੱਕ ਨਾ ਮੇਰਾ ਗੀਤ ਸੀ ਮੈਂ ਰਿਕਾਰਡ ਨਹੀਂ ਕੀਤਾ ਉਹ ਵਿੱਚ ਹੀ ਰਹਿ ਗਿਆ ਜੇ ਕੋਈ ਨਾ ਸਮਾਂ ਆਊਗਾ ਆਪਾਂ ਕਰ ਦੇਣਾ ਉਹ ਗਾਣਾ ਸੀ ਕਹਿੰਦਾ ਲੱਗਦਾ ਜੜਾਂ ਤੋਂ ਗਈਆਂ ਹਿੱਲ ਦਲੀਏ ਹਟਿਆਂ ਕਰਾ ਕੇ ਰੱਦ ਬਿਲ ਦਲੀਏ ਉਹ ਕਾਤੋਂ ਅੰਨਦਾਤੀਆਂ ਨੂੰ ਮਾਰਦੀ ਫਿਰੇ ਆ ਡੇਂਜਰੀ ਕਾਨੂੰਨ ਨਵੇਂ ਝਾੜਦੀ ਫਿਰੇ ਆਈਆਂ ਪੰਜਾਬ ਨਾ ਸ਼ਰੀਕੇ ਕਰਦੀ ਮਾਰਨੇ ਦੇ ਰਹਿੰਦੀ ਹੈ ਤਰੀਕੇ ਘੜਦੀ ਪਹਿਲਾਂ ਅੱਤਵਾਦੀ ਕਹਿ ਕੇ ਮਾਰਦੀ ਰਹੀ ਨਿੱਤ ਨਵੀਂ ਭਾਜੀ ਸਿਰੇ ਝਾੜਦੀ ਰਹੀ ਕੀਤੇ ਤੂੰ ਸ਼ਹੀਦ ਨੌਵੇਂ ਗੁਰੂ ਸਾਹਿਬ ਨਹੀਂ ਸਾਕਾ ਚੌਂਕ ਚਾਂਦਨੀ ਦਾ ਰਹੂ ਯਾਦ ਨਹੀਂ ਆ ਭੁੱਲੀ ਨਾ 84 ਸਾਨੂੰ ਅਜੇ ਤੱਕ ਨਹੀਂ ਟੈਂਕਾਂ ਤੋਪਾਂ ਨਾਲ ਢਾਏ ਤੂੰ ਤਖਤ ਨਹੀਂ ਰੱਖੀ ਨਾ ਭੁਲੇਖਾ ਭਾਜੀ ਲਾਉਣਾ ਜਾਣ ਦੇ 21-51 ਬੀਬਾ ਪਾਉਣਾ ਜਾਣ ਦੇ ਇੰਦਰਾ ਵੀ ਨਸ਼ੇ 'ਚ ਹੰਕਾਰੀ ਗਈ ਸੀ ਮੱਤ ਉਹਦੀ ਫੈਮਲੀ ਦੀ ਮਾਰੀ ਗਈ ਸੀ ਬੜੇ ਆਏ ਬਾਬਰ ਅਰੰਗੇ ਕੁੜੇ ਨੀ ਨਾਦਰਿਸ਼ਾ ਅਹਿਮਦ ਬਰੰਗੇ ਮੁੜੇ ਨੀ ਮਾਣ ਮੱਤਾ ਸਾਡਾ ਇਤਿਹਾਸ ਪੜ੍ਹ ਲਈ ਕੌਣ ਸੀ ਬਘੇਲ ਸਿੰਘ ਪਤਾ ਕਰ ਲਈ ਲਾਲ ਕਿਲਾ ਛੱਡਿਆ ਸੀ ਅਸੀਂ ਜਿੱਤ ਕੇ ਆ ਕੇਸਰੀ ਨਿਸ਼ਾਨ ਲਾਇਆ ਤੇਰੀ ਹਿੱਕ 'ਤੇ ਫਿਰ ਉਸੇ ਰੰਗ 'ਚ ਪੰਜਾਬ ਆ ਗਿਆ ਹੱਕ ਲੈਣ ਆਪਣੇ ਜਨਾਬ ਆ ਗਿਆ ਆ ਤੇਰੇ ਟਾਟੇ ਬਿਰਲੇ ਅਵਾਨੀ ਵਰਗੇ ਰਾਜਨਾਥ ਮੋਦੀ ਅਤੇ ਅਡਾਨੀ ਵਰਗੇ ਫਿਰਦੇ ਪੰਜਾਬ ਦੇ ਪੰਜਾਲੀ ਪਾਉਣ ਨੂੰ ਲੂਮੀ ਨਾਟੀਆਂ ਦੇ ਹੱਥ 'ਚ ਨਚਾਉਣ ਨੂੰ ਸਾਡਾ ਵੀ ਚੈਲੰਜ ਚੇਤੇ ਰੱਖ ਦਿੱਲੀਏ ਆ ਮੁੜਿਆਂ ਮੁੜਿਆਂ ਲੈ ਕੇ ਹੱਕ ਦਿੱਲੀਏ ਮੁੜਿਆਂ ਮੁੜਿਆਂ ਲੈ ਕੇ ਹੱਕ ਦਿੱਲੀਏ ਜ਼ਿਲ੍ਹੇ ਬਰਨਾਲੇ ਵਿੱਚ ਕੈਰੇ ਪਿੰਡ ਦਾ ਆ ਢਿੱਲੋਂ ਹਰਜੀਤ ਬੜਾ ਪੱਕਾ ਹਿੰਡ ਦਾ
देखी तेरी धौन वाला किला कढ़ दे ला देंगी टोपी आले गिल दिलिए आ लगदा जड़ा तू गई हिल दिलिए हटियां करा के रद बिल दिलिए। वाह भाई बड़ा ताड़ी इन्नी सुरीली आवाज आ हुण होर भी केशां ताड़ियां आउगियां अगे। हाँ मैं बैक टू बैक गाने करूँगा मैं थोड़े करके राजी हाँ गाने वधिया करो थोड़े करो। एक पिछे जे सी तुसीं गायकां दी गल करदे सी उह कहिंदा दाड़ी मुछ रख नहीं सकते रखने की शमले ने गाऊ की गायक अजदा गाता जो जमले ने डिग पू सत्थ सभ्याचारी हिल चुके थमले ने गाँवे हो लच्चर गाने भोरा ना जकद जावण ना सुने टबर सिंह ऐसा गंध बकद अजक गायक है नहीं कोई सुनन वाला लग गए सब गाँव ने हुला हई शाबा वाले रख दे संघ पाउण ने एवें ना कैसट निकले एवें ना कैसट निकले पैलीट ते लाउण ने टीवी ते वेख पुत नूं हुंदे खुश कर दे जी खुंडां ते बैठे बाबे गल्लां नित कर दे। मैं जो हो सके आपां करांगे जल्दी खुंडां ते बैठे बाबे। ठीक है भाई तुहाडी बहुत वधिया आवाज आ बाबा चढ़दी कला रखे ते तुसीं होर वी आ साज रखे होए आ काफ़ी ते इक जिवें ओह बीन बजा दिओ। हाँ बीन बीन तुसी बड़ी सोहनी बजाई आ एक आ इनू आ साज नू की कहिंदे ने ए साज भी अपने अदर स्टेट दा ही हैगा जिवें राजस्थान कह लिए इधर दा ही अपना हरिद्वार साइड दा इनू गोपी चंद कहिंदे आ गे इहदे विच इक तार लगी आ ते जी ਬਈ ਜਿਵੇਂ ਤੁਸੀਂ ਬਹੁਤ ਸਾਜ ਰੱਖੇ ਹੋਏ ਨੇ ਸਾਜ ਕਹਿੰਦੇ ਹੁੰਦੇ ਰਿਆਜ਼ ਮੰਗਦੇ ਆ ਸਾਜ ਘਰ 'ਚ ਰੱਖੇ ਆਪਾਂ ਇਹ ਰਿਆਜ਼ ਮੰਗਦੇ ਹੁੰਦੇ ਆ ਤੁਸੀਂ ਵੀ ਜਿਵੇਂ ਪ੍ਰੋਗਰਾਮਾਂ 'ਤੇ ਜਾਂਦੇ ਹੋ ਸਿੱਧਾ ਹੀ ਮਤਲਬ ਚਲੇ ਜਾਂਦੇ ਹੋ ਗਾਉਣ ਕਿ ਮਤਲਬ ਪਹਿਲਾਂ ਰਿਆਜ਼ ਕਰਦੇ ਟਾਈਮ ਹੀ ਘੱਟ ਹੁੰਦਾ ਜੀ ਕਈ ਵਾਰੀ ਤਾਂ ਬਸ ਵੀ ਪ੍ਰੋਗਰਾਮ ਹੀ ਇੱਦਾਂ ਦੇ ਹੁੰਦੇ ਹੈਗੇ ਵੀ ਘਰ ਆਈ ਤਾਂ 2 ਘੰਟੇ ਹੁੰਦੇ ਆ ਸਾਉਣ ਨੂੰ ਸਾਜ ਇੱਥੋਂ ਚੱਕ ਲਈਦੇ ਹੈਗੇ ਵੀ ਕਿਉਂ ਇਹਨਾਂ ਦਾ ਤਾਂ ਖਾਣੇ ਆਪਾਂ ਦਿੱਤਾ ਜੀ। ਠੀਕ ਹੈ ਜੀ। ਅੱਛਾ ਅੱਜ ਕੱਲ੍ਹ ਕੀ ਕਰਦੇ ਹੋ ਫਿਰ? ਅੱਜ ਕੱਲ੍ਹ ਮੈਂ ਮਲਵਈ ਕਿੱਦਾਂ ਕਰਦਾ ਜੀ ਜਿੱਦਾਂ ਮੈਰਿਜਾਂ 'ਚ ਫੰਕਸ਼ਨ ਹੁੰਦੇ ਹੈਗੇ ਮੈਨੂੰ 8-9 ਸਾਲ ਹੋ ਗਏ 8-9 ਹੀ ਕਹਿ ਸਕਦੇ ਹਾਂ ਅਤੇ ਉੱਦਾਂ ਫਰੀ ਟਾਈਮ ਖੇਤੀਬਾੜੀ ਹੁੰਦੀ ਹੈ ਆਪਣੇ ਕੋਲ ਅਤੇ ਖੇਤੀਬਾੜੀ ਦੇ ਨਾਲ ਨਾਲ ਇਹ ਚੱਲੀ ਜਾਂਦਾ ਗਾ ਮੈਂ 1-2 ਸਿੰਗਰਾਂ ਨਾਲ ਕੰਮ ਕਰਦਾ ਜੀ ਇਹ ਸਾਜਾਂ ਨੇ ਜਿਵੇਂ ਸਾਈਂ ਸੁਲਤਾਨ ਹੋ ਗਏ ਜੀ ਬਾਕੀ ਸਟੂਡੀਓ ਵਰਕ ਹੋ ਗਏ ਜੀ ਇੱਥੇ ਜੇ ਤੁਸੀਂ ਪਤਾ ਗੱਲ ਕੀ ਹੈ ਇਹ ਸਾਜ ਨਹੀਂ ਗਏ ਜੇ ਤੁਸੀਂ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਸ਼ੌਂਕ ਨਾ ਕੰਮ ਕਰੋਗੇ ਇਹਦੇ ਨਾਲ ਤੁਸੀਂ ਪੈਸੇ ਨਾਲ ਨਹੀਂ ਕੰਮ ਕਰੋਗੇ ਸ਼ੌਂਕ ਨਾਲ ਤੁਹਾਡੇ ਕੋਲ ਪੈਸਾ ਆਟੋਮੈਟਿਕ ਹੋਊਗਾ ਜੇ ਤੁਸੀਂ ਸੋਚੋਗੇ ਯਾਰ ਵੀ ਆਹ ਸਾਜ ਦੇ ਵਿੱਚ ਮੈਂ 2000 ਰੁਪਇਆ ਕਮਾਵਾਂ ਜਾ ਕੇ ਇੱਦਾਂ ਨਹੀਂ ਫਿਰ ਕੰਮ ਚੱਲਣਾ ਹੈ ਸ਼ੌਂਕ ਨਾਲ ਕੰਮ ਕਰੋਗੇ ਸ਼ੌਂਕ ਨਾਲ ਤੁਹਾਡੇ ਕੋਲ ਪੈਸਾ ਵੀ ਆਟੋਮੈਟਿਕ ਆਊਗਾ। ਅੱਛਾ ਜਿੰਨਾ ਤੁਸੀਂ ਜਿਹੜਾ ਕਮਰਾ ਆ ਰੂਹ ਦੇ ਨਾਲ ਸ਼ਿੰਗਾਰਿਆ ਹੋਇਆ ਇਹ ਆਪਾਂ ਇਹਦਾ ਮੁੱਲ ਨਹੀਂ ਲਾ ਸਕਦੇ ਇਹ ਤਾਂ ਅਨਮੋਲ ਚੀਜ਼ਾਂ ਮਤਲਬ ਇੱਕ ਤਰ੍ਹਾਂ ਮਤਲਬ ਕਹਿ ਸਕਦੇ ਹਾਂ ਆਪਾਂ ਇਹਨੂੰ ਪੈਸਿਆਂ ਦੇ ਨਾਲ ਤੋਲ ਨਹੀਂ ਸਕਦੇ ਜਿਹੜੇ ਪੰਜਾਬ ਦੇ ਲੋਕ ਤੁਸੀਂ ਜਿਹੜੇ ਤੱਤ ਲਾਏ ਹੋਏ ਨੇ ਨਾ ਮਤਲਬ ਵਧੀਆ ਨੇ ਬਹੁਤ ਲੋਕ ਸਾਜ ਨੂੰ ਵੇਖ ਕੇ ਰੂਹ ਖੁਸ਼ ਹੋ ਗਿਆ ਮਨ ਖਿੜ ਗਿਆ ਪੂਰਾ ਅਤੇ ਜਾਂਦੇ ਜਾਂਦੇ ਸਾਡੇ ਲੁਧਿਆਣਾ ਲਾਈਵ ਚੈਨਲ ਦੇ ਮਾਧਿਅਮ ਰਾਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
ਮੈਂ ਸੁਨੇਹਾ ਹੀ ਦੇਣਾ ਚਾਹੁੰਦਾ ਗਾ ਵੀ ਆਪਣੇ ਕਲਚਰ ਨੂੰ ਪਿਆਰ ਕਰੋ, ਠੀਕ ਨਹੀਂ ਗੱਲ? ਪਹਿਲੇ ਨੰਬਰ 'ਤੇ ਤਾਂ ਮੇਰੀ ਅਪੀਲ ਇਹੀ ਹੁੰਦੀ ਆ ਵੀ ਨਸ਼ਿਆਂ ਤੋਂ ਗੁਰੇਜ਼ ਕਰੋ। ਆਪਾਂ ਅਕਸਰ ਹੀ ਦੇਖਦੇ ਹਾਂ ਨਾ ਸਾਡੇ ਪੰਜਾਬ ਨੂੰ ਨਸ਼ਾ ਖਾ ਗਿਆ। ਸੋ ਸਾਨੂੰ ਸਾਡੀ ਨਵੀਂ ਜਨਰੇਸ਼ਨ ਨੂੰ ਸੋਚਣਾ ਚਾਹੀਦਾ ਹੈਗਾ। ਮੇਰੀ 28-29 ਕੁ ਸਾਲ ਉਮਰ ਹੈਗੀ, ਮੇਰੇ ਵਰਗੇ ਮੁੰਡੇ ਨਸ਼ੇ 'ਚ ਮਲੀਨ ਰਹਿੰਦੇ ਹੈਗੇ ਹਨ, ਫਿਰ ਉਹ ਘਰ ਵੀ ਖਾ ਜਾਂਦੇ ਨੇ। ਸੋ ਇਹ ਗੱਲ ਆ ਵੀ ਬਾਕੀ ਦੇਖੋ ਇਹ ਤੁਹਾਡੀ ਬੋਡੀ ਆ, ਇਹਨੂੰ ਕਿਵੇਂ ਰੱਖਣਾ ਗਾ। ਸਾਡੀਆਂ ਸਰਕਾਰਾਂ ਦਾ ਤਾਂ ਏਜੰਸੀਆਂ ਦਾ ਤਾਂ ਇਹੀ ਕੰਮ ਆਉਂਦਾ ਗਾ ਵੀ ਇਹਨੂੰ ਹੈ ਨਾ ਨਵੀਂ ਪੀੜ੍ਹੀ ਨੂੰ ਖਤਮ ਕਰਨਾ ਗਾ। ਜੇ ਤੁਸੀਂ ਇਹੀ ਇੱਥੇ ਲੱਗੇ ਰਹੇ ਤਾਂ ਸਮਝ ਲਓ ਵੀ ਸਾਡਾ ਪੰਜਾਬ ਫਿਰ ਖਤਮ ਆ। ਸੋਨੇ ਦੀ ਚਿੜੀ ਇੱਕ ਲੋਗੋ ਰਹਿ ਗਿਆ ਹੈਗਾ, ਸੋਨੇ ਦੀ ਚਿੜੀ ਤਾਂ ਨਹੀਂ ਰਿਹਾ। ਮੇਰਾ ਇਹੀ ਸੁਨੇਹਾ ਹੈਗਾ ਵੀ ਨਸ਼ਿਆਂ ਤੋਂ ਗੁਰੇਜ਼ ਕਰੋ, ਠੀਕ ਨਹੀਂ ਗੱਲ? ਅੱਛਾ ਜੱਸੇ ਬਾਈ, ਆਖਰੀ ਮੇਰਾ ਸਵਾਲ ਆ, ਅਤੇ ਜਿਵੇਂ ਕੋਈ ਅੱਜ ਕੱਲ੍ਹ ਦਾ ਨੌਜਵਾਨ ਇਹ ਸਾਜ਼ਾਂ ਨੂੰ ਸਿੱਖਣਾ ਚਾਹੁੰਦਾ ਆ, ਤੁਸੀਂ ਮਤਲਬ ਟ੍ਰੇਨਿੰਗ ਵੀ ਦਿੰਦੇ ਹੋ? ਨਹੀਂ, ਮੈਂ ਟ੍ਰੇਨਿੰਗ ਨਹੀਂ ਦਿੰਦਾ, ਮੈਂ ਜਿੰਨਾ ਕੁ ਮੈਂ ਔਨਲਾਈਨ ਲੈਸਨ ਦੇ ਦਿੰਦਾ ਹੁੰਦਾ ਗਾ, ਤੋ ਜਿੰਨਾ ਕੁ ਮੈਨੂੰ ਨੌਲੇਜ ਆ। ਹਾਂ, ਕੋਈ ਚੱਕਰ ਨਹੀਂ, ਜੇ ਕੋਈ ਸਿੱਖਣਾ ਚਾਹੁੰਦਾ ਵੀ ਆ ਤਾਂ ਮੈਂ ਉਹਨਾਂ ਨੂੰ ਸਾਜ ਦੇ ਦੂੰਗਾ, ਅਤੇ ਜਿੱਥੋਂ ਵੀ ਅਸੀਂ ਲੈਣੇ ਹੁੰਦੇ ਹਾਂ ਅਤੇ ਮੈਂ ਔਨਲਾਈਨ ਕਲਾਸ ਦੇ ਦਿੰਦਾ ਜੀ। ਬਹੁਤ ਬਹੁਤ ਧੰਨਵਾਦ ਜੱਸੇ ਬਾਈ ਤੁਹਾਡਾ, ਤੁਸੀਂ ਸਾਨੂੰ ਸਮਾਂ ਦਿੱਤਾ। ਅਤੇ ਇਹ ਸਨ ਜੱਸਾ ਜੋਗੀ ਜੀ, ਜਿਨ੍ਹਾਂ ਨੇ ਬਾਖੂਬੀ ਪੰਜਾਬ ਦੇ ਲੋਕ ਸਾਜ਼ਾਂ ਨੂੰ ਸੰਭਾਲਿਆ ਹੋਇਆ ਅਤੇ ਪਿਆਰ ਕਰਦੇ ਨੇ। ਇੱਦਾਂ ਹੀ ਕੁਝ ਨਵੇਂ ਨਵੇਂ ਤੁਹਾਡੇ ਨਾਲ ਫਨਕਾਰ ਲੈ ਕੇ ਆਉਂਦੇ ਰਹਾਂਗੇ। ਮੈਨੂੰ ਅਤੇ ਕੈਮਰਾਮੈਨ ਨਵਨੀਤ ਕੁਮਾਰ ਨੂੰ ਦਿਓ ਇਜਾਜ਼ਤ। ਧੰਨਵਾਦ।